ਸ਼ਿਕਾਰ ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ ਤੇ ਪੇਸ਼ ਕਰਦੇ ਆ ਦੇਸ਼ ਵਿਦੇਸ਼ ਹੈਡਲਾਈਨਸ। ਥਾਈਲੈਂਡ ਦੀ ਖਾੜੀ ਚ 108 ਲੋਕ ਬਾਲ ਬਾਲ ਬਚੇ। ਕਿਸ਼ਤੀ ਚ ਅਚਾਨਕ ਅੱਗ ਲੱਗ ਜਾਣ ਕਾਰਨ ਯਾਤਰੀਆਂ ਨੇ ਸਮੁੰਦਰ ਚ ਛਾਲ ਮਾਰਨੀ ਸ਼ੁਰੂ ਕਰ ਦਿੱਤੀ ਤੇ ਬਾਕੀ ਸਾਰੇ ਯਾਤਰੀਆਂ ਨੂੰ ਸੇਫਲੀ ਬਚਾ ਲਿਆ ਗਿਆ। ਅੱਗ ਲੱਗਣ ਦੀ ਵਜ੍ਹਾ ਹਜੇ ਸਾਫ਼ ਨਹੀਂ ਹੋਈ ਹੈ ਪਰ ਅੱਗ ਦੀ ਸ਼ੁਰੂਆਤ ਕਿਸ਼ਤੀ ਦੇ ਇੰਜਨ ਤੋਂ ਹੋਈ ਸੀ। CBI ਐਕਸ਼ਨ। ਸਾਊਦੀ ਅਰਬ ਤੋਂ ਭਾਰਤ ਲਿਆਂਦਾ ਵਾਂਟਡ ਮੁਲਜ਼ਮ ਇੰਟਰਪੋਲ ਦੇ ਰੈੱਡ ਨੋਟਿਸ ਤੇ ਸੀ। ਏਜੰਸੀ ਨੇ ਦੱਸਿਆ ਕਿ ਮੁਲਜ਼ਮ ਸ਼ੌਕਤ ਅਲੀ 2020 ਵਿੱਚ ਸੋਨੇ ਦੀ ਤਸਕਰੀ ਦੇ ਮਾਮਲੇ ਵਿੱਚ ਵਾਂਟਡ ਸੀ। ਸਾਊਦੀ ਅਰਬ ਤੋਂ ਮੁੰਬਈ ਇੰਟਰਪੋਲ ਰਾਹੀਂ ਨੈਸ਼ਨਲ ਸੈਂਟਰ ਬਿਊਰੋ ਰਿਆਦ ਨਾਲ ਤਾਲਮੇਲ ਕਰਕੇ ਅਲੀ ਨੂੰ ਬੁੱਧਵਾਰ ਰਾਤ ਨੂੰ ਵਾਪਸ ਲਿਆਂਦਾ ਗਿਆ। ਭਾਰਤੀ ਸੈਨਿਕਾਂ ਦਾ ਦੂਜਾ ਜੱਥਾ ਇਸ ਮਹੀਨੇ ਮਾਲਦੀਵ ਤੋਂ ਰਵਾਨਾ ਹੋਵੇਗਾ। ਰਾਸ਼ਟਰਪਤੀ ਮੁਹੰਮਦ ਮੀਜ਼ੂ ਨੇ ਕਿਹਾ ਪ੍ਰਕਿਰਿਆ 10 ਮਈ ਤੱਕ ਪੂਰੀ ਹੋ ਜਾਵੇਗੀ। ਮੀਜ਼ੂ ਦਾ ਇਹ ਬਿਆਨ ਮਾਲਦੀਵ 'ਚ ਤੈਨਾਤ ਲਗਭਗ 25 ਭਾਰਤੀ ਫੌਜੀ ਕਰਮਚਾਰੀਆਂ ਦੇ ਪਹਿਲੇ ਬੈਚ ਦੀ ਵਾਪਸੀ ਤੋਂ 3 ਹਫ਼ਤੇ ਬਾਅਦ ਆਇਆ ਹੈ। ਅਮਰੀਕਾ ਦੇ ਪੋਰਟਲੈਂਡ 'ਚ ਭਾਰਤੀ ਮੂਲ ਦੀ ਇੱਕ ਔਰਤ ਅਤੇ ਉਸਦੀ ਧੀ ਦੀ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ ਅਤੇ ਨਾਲ ਹੀ ਪਤੀ ਅਤੇ ਪੁੱਤਰ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ। ਪੀੜਤ ਪਰਿਵਾਰ ਆਂਧਰਾ ਪ੍ਰਦੇਸ਼ ਤੋਂ ਰਹਿਣ ਵਾਲਾ ਸੀ। ਇਸ ਪਰਿਵਾਰ ਦੇ ਨਾਲ ਇਸ ਹਾਦਸੇ ਵਿੱਚ ਹੋਰ ਵੀ ਲੋਕ ਜ਼ਖਮੀ ਹੋਏ ਹਨ। ਅਮਰੀਕੀ ਸੌਫਟਵੇਅਰ ਫਰਮ ਸਪ੍ਰਿੰਕਲਰ ਨੇ ਅਮਿਤਾਭ ਮਿਸ਼ਰਾ ਨੂੰ 1 ਅਪ੍ਰੈਲ 2024 ਤੋਂ ਮੁੱਖ ਟੈਕਨੋਲੋਜੀ ਅਧਿਕਾਰੀ CTO ਵਜੋਂ ਨਿਯੁਕਤ ਕੀਤਾ ਹੈ। ਮਿਸ਼ਰਾ ਦੁਨੀਆ ਭਰ ਦੀਆਂ ਸਾਰੀਆਂ ਖੋਜ ਅਤੇ ਵਿਕਾਸ ਟੀਮਾਂ ਦੀ ਅਗਵਾਈ ਕਰਨਗੇ ਅਤੇ ਸਪ੍ਰਿੰਕਲਰ ਦੇ ਸੰਸਥਾਪਕ ਅਤੇ CEO ਨੂੰ ਸਿੱਧੇ ਤੌਰ 'ਤੇ ਰਿਪੋਰਟ ਕਰਨਗੇ। ਇਹ ਸਨ ਕੁਝ ਮੇਨ ਦੇਸ਼ ਵਿਦੇਸ਼ ਹੈਡਲਾਈਨਸ ਦੇ। ਬਾਕੀ ਲਾਈਵ ਅਪਡੇਟਸ ਲਈ ਜੁੜੇ ਰਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ ਦੇ ਨਾਲ।